ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ਭੈਣਾਂ ਨੂੰ। ਅਤੇ ਅੱਜ ਮੈਂ ਤੁਹਾਡਾ ਵੀਰ ਤੁਹਾਡੇ ਨਾਲ ਆ ਸਹਿਮਤ ਨਵੀਂਪੁਰੀ ਆ। ਅਤੇ ਅੱਜ ਥੋੜ੍ਹੀ ਜਿਹੀ ਹੈ ਤਾਂ 47 ਦੇ ਬਾਰੇ ਜੀ ਸਟੋਰੀ, ਪਾਰਟੀਸ਼ਨ ਬਾਰੇ, ਪਰ ਹੈ ਥੋੜ੍ਹੀ ਜੀ ਜ਼ਰਾ ਡਿਫਰੈਂਟ ਸਟੋਰੀ ਹੈ। ਅਤੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ, ਇਹਨਾਂ ਦਾ ਨਾਮ ਹੈ ਜੀ, ਆਪਣਾ ਨਾਮ ਖੁਦ ਹੀ ਦੱਸ ਦਿਓ ਜੀ। ਅਬਦੁਲ ਮਜੀਦ ਗੋਂਦਲ। ਅਬਦੁਲ ਮਜੀਦ ਗੋਂਦਲ। ਅਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਮੀਆਂ ਫਜ਼ਲ ਦੀਨ। ਮੀਆਂ ਫਜ਼ਲ ਦੀਨ। ਅਤੇ ਤੁਹਾਡੀ ਕਿੰਨੀ ਉਮਰ ਹੋ ਗਈ ਹੁਣ? ਏਜ ਕਿੰਨੀ ਹੋ ਗਈ? ਮੇਰੀ ਤਕਰੀਬਨ 73 ਸਾਲ ਹੈ ਜੀ। ਅੱਛਾ, ਅਤੇ ਜਦੋਂ ਪਾਰਟੀਸ਼ਨ ਹੋਈ ਉਹ ਤਾਂ ਤੁਹਾਨੂੰ ਐਡਾ ਯਾਦ ਨਹੀਂ? ਨਹੀਂ, ਯਾਦ ਹੈ। ਅੱਛਾ, ਅੱਛੀ ਤਰ੍ਹਾਂ ਯਾਦ ਹੈ ਮੈਨੂੰ ਪਾਰਟੀਸ਼ਨ, ਬਲਕਿ ਮੈਂ ਪਾਰਟੀਸ਼ਨ ਤੋਂ ਪਹਿਲੇ ਹਿੰਦੁਸਤਾਨ ਗਿਆ ਵੀ ਹੈ। ਅੱਛਾ, ਫਿਰ ਥੋੜ੍ਹੀ ਜ਼ਿਆਦਾ ਹੋਏਗੀ ਏਜ, ਅਤੇ 4 ਸਾਲ ਦਾ ਸਾ ਮੈਂ ਉਸ ਵਕਤ। ਅੱਛਾ, ਹਾਂ, ਬਸ ਉਹ ਲਿਖਣ ਦੇ ਵਿੱਚ ਵੀ ਕਈ ਵਾਰੀ ਹੋ ਜਾਂਦੀ ਨਾ, ਜੇ ਯਾਦ ਹੈ ਥੋੜ੍ਹਾ ਜਿਹਾ ਤਾਂ। ਯਾਦ ਹੈ ਕਿ ਮੈਂ 4 ਸਾਲ ਦਾ ਸੀ ਜਿਸ ਵਕਤ ਮੈਂ ਪਾਰਟੀ 'ਚ ਹਿੰਦੁਸਤਾਨ 'ਚ ਗਿਆ। ਅੱਛਾ ਜੀ, ਚਲੋ ਠੀਕ ਹੈ। ਅਤੇ ਆਉਂਦੇ ਆਪਣੀ ਅੱਜ ਦੀ ਸਟੋਰੀ ਵੱਲ ਜੀ। ਅਤੇ ਇਹਨਾਂ ਦੇ ਕੋਲ ਇਹ ਕੀ ਚੀਜ਼ ਹੈ ਜੀ, ਇਹ ਪਹਿਲੇ ਤੁਸੀਂ ਦੱਸੋ। ਹਾਂਜੀ, ਇਹ ਕੀ ਡਾਇਰੀ ਹੈ? ਅਸਲ 'ਚ ਹੈ ਜੀ ਕਿ ਮੈਨੂੰ 50 ਦੇ ਕੁਰਬੋ ਜਵਾਰ 'ਚ, ਅੱਛਾ ਜੀ, ਸਾਡੇ ਇੱਥੇ ਚੂਨੀਆਂ ਬਾਜ਼ਾਰ ਦੀ ਕਿਸੇ ਦੁਕਾਨ ਤੋਂ ਮਿਲੀ ਸੀ ਜੀ। ਕਾਪੀ ਹੈ, ਲੇਕਿਨ ਇਹਨੂੰ ਡਾਇਰੀ ਦੇ ਤੌਰ 'ਤੇ ਇਸਤੇਮਾਲ ਕੀਤਾ ਹੋਇਆ। ਹਾਂਜੀ, ਇਹਦੇ 'ਚ ਜਿਹੜੀ ਮੈਨੂੰ ਮਾਲੂਮਾਤ ਮਿਲਦੀਆਂ ਨੇ ਉਹ ਇਹ ਨੇ ਕਿ ਅੱਛਾ, ਇਹ ਡਾਇਰੀ ਪਾਰਟੀਸ਼ਨ ਤੋਂ ਪਹਿਲੇ ਦੀ ਹੈ? ਹਾਂਜੀ, ਇਹ ਪਾਰਟੀਸ਼ਨ ਤੋਂ ਪਹਿਲੇ ਦੀ ਹੈ। ਇਹ ਤਾਂ ਮੈਂ ਤੁਹਾਨੂੰ ਦੇਖਦੇ ਕੁਛ ਪੰਨੇ ਨੇ ਵਰਕੇ ਨੇ, 3/9/41 ਤੋਂ ਜਿਹੜਾ ਮੇਰੇ ਕੋਲ ਸਫ਼ਰ ਆ ਜੀ। ਹਾਂਜੀ, 25/12/40 ਤੋਂ ਇਹਦਾ ਆਗਾਜ਼ ਹੋਇਆ। ਅੱਛਾ, 47 ਤੋਂ 40 ਤੋਂ, ਅਤੇ ਉਹ ਤੋਂ ਬਾਅਦ ਉਹਨਾਂ ਨੇ ਫਿਰ ਮੁਖਤਲਿਫ ਆਪਣੀ ਜਿਹੜੀ ਦਿਲਚਸਪੀ ਦੀਆਂ ਖਬਰਾਂ ਖੁਬਰਾਂ ਸਨ ਉਹ ਇਹਦੇ ਵਿੱਚ ਜੀ ਆਪਣੀ ਕਲਮੀ ਲਿਖੀ ਹੋਈਆਂ ਨੇ। ਅਤੇ ਉਹ ਇਹ ਵੀ ਇਹਦੇ 'ਚ ਇੱਕ ਸਫ਼ਾ ਐਸਾ ਹੈ ਜੀ, ਪਹਿਲੇ ਮੈਂ ਉਹਨਾਂ ਦਾ ਨਾਂ ਦੱਸ ਦੇਵਾਂ। ਅੱਛਾ ਜੀ, ਕਿ ਜਿਨ੍ਹਾਂ ਨੇ ਡਾਇਰੀ ਲਿਖੀ ਸੀ ਉਹ ਹੈ ਨੇ ਜੀ, ਵੈਦ, ਪ੍ਰਕਾਸ਼, ਤਰਿਖਾ। ਅੱਛਾ ਜੀ, ਇਹ ਨਾਮ ਇਹਨਾਂ ਦਾ, ਇਹ ਉਹਨਾਂ ਦਾ ਨਾਮ ਜਿਸ ਬੰਦੇ ਦੀ ਇਹ ਡਾਇਰੀ ਹੈ। ਹਾਂਜੀ, ਵੈਦ, ਪ੍ਰਕਾਸ਼, ਤਰਿਖਾ ਤਰਿਖਾ, ਅਤੇ ਉਹਨਾਂ ਦੇ ਵਾਲਾ ਦਾ ਨਾਂ ਹੈ ਪੰਡਿਤ ਦੀਨਾ ਨਾਥ ਤਰਿਖਾ। ਠੀਕ ਹੈ, ਇਹ ਚੂਨੀਆਂ ਦੇ ਰਹਿਣ ਵਾਲੇ ਵਿੱਚ, ਇਸ ਚੂਨੀਆਂ ਸ਼ਹਿਰ ਦੇ, ਠੀਕ ਹੈ, ਜ਼ਿਲ੍ਹਾ ਕਸੂਰ ਦੀ ਤਹਿਸੀਲ ਦੀ ਚੂਨੀਆਂ। ਇਸੇ ਡਾਇਰੀ ਦੇ ਵਿੱਚ ਇੱਕ ਕਿਸੇ ਸਫ਼ੇ 'ਤੇ ਇਹਨਾਂ ਨੇ ਵੈਦ ਪ੍ਰਕਾਸ਼ ਨੇ ਆਪਣੇ ਆਪ ਨੂੰ ਲਿਖਿਆ ਹੈ, ਸੈਕੰਡ ਲੈਫਟੀਨੈਂਟ। ਅੱਛਾ ਜੀ, IUC। ਅੱਛਾ ਜੀ, ਇੱਥੇ ਲਿਖਿਆ ਜੀ। ਠੀਕ ਹੈ ਜੀ, ਸਹੀ। ਇਹ ਉਹਨਾਂ ਦੇ ਦਸਖਤ ਵੀ ਮਤਲਬ ਮੌਜੂਦ ਨੇ, ਉਹ ਤੁਹਾਡੇ ਆ ਗਏ ਨੇ ਜੀ। ਇਹ 8/9/42 ਦੀ ਇਹਨਾਂ ਦੀ ਤਹਿਰੀਰ ਹੈ ਜੀ, ਜਿਹਦੇ 'ਚ ਉਹਨਾਂ ਨੇ ਕੋਈ ਨਜ਼ਮ, ਸਟੇਸ਼ਨ ਮਾਸਟਰ ਦੇ ਨਿਵਾਨ ਅਤੇ ਕੁਛ ਅਸ਼ਾਰ ਨੇ ਜਿਹੜੇ ਲਿਖੇ। ਅੱਛਾ, ਇਹ ਤਿੰਨਾਂ ਜ਼ਬਾਨਾਂ ਦੇ ਵਿੱਚ ਇਹਦੇ ਵਿੱਚ ਲਿਖਿਆ? ਇਹਦੇ ਵਿੱਚ ਉਹਨਾਂ ਨੇ ਇੰਗਲਿਸ਼ ਵੀ ਹੈ, ਉਰਦੂ ਵੀ ਹੈ, ਇੰਗਲਿਸ਼ ਵੀ, ਅਤੇ ਹਿੰਦੀ ਵੀ, ਹਿੰਦੀ ਜਿਹੜੀ, ਹਾਂਜੀ, ਅਤੇ ਇਸ ਤਰ੍ਹਾਂ ਦੀ ਉਹਨਾਂ ਨੇ ਸਾਰੀਆਂ ਮਤਲਬ ਫਿਲਮੀ ਗੀਤ ਵੀ ਲਿਖੇ ਹੋਏ ਨੇ। ਅੱਛਾ, ਦੂਸਰੀ ਆਮ ਸ਼ਾਇਰੀ ਉਹ ਵੀ ਪਸੰਦੀਦਾ ਆਪਣੇ ਅਸ਼ਾਰ ਲਿਖੇ ਹੋਏ ਨੇ। ਅਤੇ ਆਮ ਨਹੀਂ ਡਾਇਰੀ, ਪਾਰਟੀਸ਼ਨ ਦੇ ਜਿਹੜਾ ਉਹਦੇ ਮੁਤਲਕ ਲੱਗਦਾ, ਸਿਆਸਤ ਨਾਲ ਜ਼ਿਆਦਾ ਦਿਲਚਸਪੀ ਲੱਗਦੀ ਹੈ ਜੀ, ਕਿਉਂਕਿ ਉਹਨਾਂ ਨੇ ਤਕਰੀਬਨ ਸਾਰੇ ਹਿੰਦੁਸਤਾਨ ਦੇ ਉਸ ਵੇਲੇ ਜਿਹੜੇ ਵੱਡੇ ਵੱਡੇ ਲੀਡਰ ਸਨ ਜੀ, ਨਹਿਰੂ ਹੈ, ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਜੀ, ਅਤੇ ਹੈਗੇ ਨੇ ਮੇਰਾ ਦਸਾਈ ਸਾਹਿਬ ਜੀ, ਇਹ ਨੇ ਸ਼੍ਰੀਮਤੀ ਵਿਜੇ ਲਕਸ਼ਮੀ ਪੰਡਿਤ, ਇਹਨਾਂ ਸਾਰਿਆਂ ਦੀਆਂ ਇਸ ਤਰ੍ਹਾਂ ਤਸਵੀਰਾਂ ਵੀ ਲਾਈਆਂ, ਤਸਵੀਰਾਂ ਵੀ ਉਹਨਾਂ ਲਾਈਆਂ ਹੋਈਆਂ ਨੇ ਥੱਲੇ, ਉਹਨਾਂ ਦੇ ਬਾਰੇ, ਇਹਨਾਂ ਦੇ ਬਾਰੇ 'ਚ ਉਹਨਾਂ ਨੇ ਬਰੀਫ ਕੁਛ ਆਪਣੇ ਕਰਮੀ ਥੋੜ੍ਹੀ ਬਹੁਤ ਹਿਸਟਰੀ ਦਿੱਤੀ, ਹਿਸਟਰੀ ਵੀ ਦਿੱਤੀ ਹੋਈ ਹੈ, ਠੀਕ ਹੈ ਜੀ। ਇਸ ਤਰ੍ਹਾਂ ਮਤਲਬ ਉਹਨਾਂ ਦਾ ਆਪਣਾ ਸ਼ੌਕ ਹੈ ਜੀ, ਪਰ ਜ਼ਿਆਦਾ ਲੱਗਦਾ ਉਹਨਾਂ ਨੂੰ ਸ਼ੌਕ ਹੈ ਵੀ ਉਹਨਾਂ ਨੇ ਉਸ ਵਕਤ ਦੀ ਜਿਹੜੀ ਤਾਰੀਖ ਚੱਲ ਰਹੀ ਸੀ ਨਾ, ਹਾਂਜੀ, ਅਤੇ ਤਹਿਰੀਕ ਚੱਲ ਰਹੀਆਂ ਸਨ, ਉਹਨਾਂ ਦੀਆਂ ਉਹਨਾਂ ਨੇ ਗੱਲਾਂ ਜ਼ਿਆਦਾ ਲਿਖੀਆਂ ਹੋਈਆਂ। ਅੱਛਾ, ਬਸ ਇੱਕ ਇੱਥੇ ਦਿਲਚਸਪ ਗੱਲ ਹੈਗੀ ਕਿ ਉਹਨਾਂ ਨੇ ਇੱਥੇ ਲਿਖਿਆ ਹੈ ਕਿ ਹਿੰਦੁਸਤਾਨ ਕੇ ਸਭ ਸੇ ਬੜੀ ਸਿਆਸੀ ਆਰਗਨਾਈਜੇਸ਼ਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਬੁਨਿਆਦ 1885 'ਚ ਹੋਈ ਹੈ ਜੀ ਜੀ। ਅਤੇ ਫਿਰ ਹੈਗਾ ਉਹਨਾਂ ਨੇ ਇਜਲਾਸ ਦੀ ਪੂਰੀ ਲਿਖੀ ਹੈ, 26 ਇਜਲਾਸ ਦੀ ਉਹਨਾਂ ਨੇ ਤਾਰੀਖਾਂ ਲਿਖੀਆਂ ਹੋਈਆਂ। ਅੱਛਾ, ਜਦੋਂ ਜਦੋਂ ਜਿਹੜੀ ਜਿਹੜੀ ਡੇਟ 'ਤੇ ਹੋਏ ਜਿਹੜੇ ਇਹਦੇ ਮਤਲਬ ਕਿ ਹਾਂਜੀ ਪੇਜ 'ਤੇ ਲਿਖਿਆ, ਉਰਦੂ 'ਚ ਲਿਖਿਆ ਹੋਇਆ, ਉਰਦੂ 'ਚ ਲਿਖਿਆ। ਸਭ ਤੋਂ ਪਹਿਲਾਂ ਇਹਦਾ ਜਿਹੜਾ ਸੈਸ਼ਨ ਹੋਇਆ 1885 ਬੰਬਈ 'ਚ ਹੋਇਆ, ਬੰਬਈ 'ਚ WC ਬੈਨਰਜੀ ਸਦਰ ਨੇ, ਸਦਰ ਹਾਂ, ਅਤੇ ਇਜਲਾਸ ਹੈ ਪਤਾ ਨਹੀਂ ਜੀ 14 ਕੀ ਲਿਖਿਆ ਨੇ, ਇਹਨੇ ਇਹ 14 ਨੰਬਰ ਹੈ, ਸੋਰੀ। ਅੱਛਾ, ਪਰ ਇਹ ਮਤਲਬ ਹੈ ਜੀ ਕਿ ਉਹਨਾਂ ਨੇ ਆਪਣੀ ਮਾਲੂਮਾਤ ਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਹਿੰਦੀ 'ਚ ਜੀ ਉਹਨਾਂ ਲਿਖੇ ਨੇ। ਬਿਲਕੁਲ, ਮਕਸਦ ਇਹ ਜੀ ਕਿ ਉਹਨਾਂ ਨੇ
ਆਪਣੀ ਦਿਲਚਸਪੀ ਦੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ, ਹਾਂਜੀ, ਅਦਬ ਦੇ ਨਾਲ ਫਿਲਮਾਂ ਦੇ ਨਾਲ ਗੀਤ ਲਿਖੇ ਹੋਏ ਨੇ ਜੀ। ਅਤੇ ਦਿਲਚਸਪ ਹੋਰ ਗੱਲ ਇੱਕ ਇਹ ਵੀ ਹੈ ਕਿ ਉਹਨਾਂ ਨੇ ਜੇ ਅਗਰ ਕਿਸੇ ਦੇ ਲਿਆ ਤਾਂ ਉਹਦੀ ਤਸਵੀਰ ਉਸ ਆਪਣੇ, ਹਾਂ, ਜਿਹਦੇ ਜਿਹਦੇ ਨਹਿਰੂ ਦੇ ਅਗਰ ਬਾਰੇ 'ਚ ਲਿਖਿਆ ਜੀ, ਉਹਦੀ ਤਸਵੀਰ ਵੀ ਨਾਲ ਲਾਈ ਜੀ ਉਸ ਵਕਤ। ਅਤੇ ਇਹ ਤੁਹਾਨੂੰ ਕਿੱਥੋਂ ਮਿਲੀ ਹੈ ਡਾਇਰੀ? ਅਸਲ ਇਹ ਹੈ ਜੀ ਕਿ ਜਿਸ ਦੇ ਪਾਰਟੀਸ਼ਨ ਹੋਈ ਨਾ ਤਾਂ ਉਸ ਵਕਤ ਤੋਂ ਬਾਅਦ ਮਹਿਕਮਾ ਬਾਲੀਆਤ ਨੇ ਜੀ ਸਾਡੇ ਬਾਜ਼ਾਰ ਉਹਨੂੰ ਅੱਜ ਕੱਲ੍ਹ ਤਾਂ ਮੇਨ ਬਾਜ਼ਾਰ ਕਹਿੰਦੇ, ਪਹਿਲੇ ਉਹਨੂੰ ਗੁਰੂ ਬਾਜ਼ਾਰ ਕਹਿੰਦੇ ਹੁੰਦੇ ਸੀ, ਗੁਰੂ ਬਾਜ਼ਾਰ ਚੂਨੀਆਂ, ਹਾਂਜੀ ਪੁਰਾਣੇ ਵਕਤਾਂ 'ਚ ਉਹਨਾਂ ਦੁਕਾਨਾਂ ਜਿਹੜੇ ਅਲਾਟ ਹੋਈਆਂ ਤਾਂ ਉਹਨਾਂ ਨੇ ਆਪਣਾ ਸਮਾਨ ਤੋਂ ਉਹ ਸਫਾਈ ਕਰ ਦਿੱਤੀ ਦੁਕਾਨ ਦੀ। ਅੱਛਾ। ਜਿਹੜਾ ਬਾਹਰ ਕੂੜਾ ਕਰਕਟ ਪਿਆ ਸੀ ਨਾ ਉਹਦੇ 'ਚ। ਅੱਛਾ। ਇਹ ਮੇਰੇ ਕੋਲ ਤਕਰੀਬਨ ਸਨ 50 ਦੇ ਗੁਰਬੋਜਵਾਜ, ਤੁਸੀਂ ਸਮਝੋ। ਅੱਛਾ, ਇਹ ਕੂੜੇ ਦੇ ਵਿੱਚ ਬਾਹਰ ਪਈ ਸੀ, ਮੈਂ ਚੁੱਕ ਲਿਆ ਦੁਕਾਨ ਦੇ ਬਾਹਰ। ਉਦੋਂ ਬਾਅਦ ਮੇਰਾ ਬੜਾ ਵੈਸੇ ਸ਼ੌਕ ਰਿਹਾ ਕਿ ਮੈਂ ਕਿਸੇ, ਉਹ ਦੁਕਾਨ ਕਹਿੰਦੀ ਸੀ ਇਹ ਵੀ ਦੱਸ ਦਿਓ, ਆਪਾਂ ਪੁੱਛਿਆ ਨਾ ਉਹਨਾਂ ਨੂੰ ਬਜ਼ੁਰਗ ਨੂੰ, ਜਿਸ ਦੁਕਾਨ ਤੋਂ ਆਪਾਂ ਨੂੰ ਮਿਲੀ ਹੈ, ਤੁਹਾਨੂੰ ਮਿਲੀ ਸੀ ਉਸ ਟਾਈਮ? ਉਹ ਪ੍ਰਕਾਸ਼ ਹੀ ਉਹਨਾਂ ਦਾ ਨਾਮ ਹੀ। ਅੱਛਾ। ਉਹਨਾਂ ਦਾ ਨਾਮ ਹੀ ਪ੍ਰਕਾਸ਼, ਜੋਤੀ ਉਹਨਾਂ ਦੇ ਵਾਲੇ ਦਾ ਨਾਮ ਹੈ, ਜੋਤੀ, ਜੋਤੀ ਰਾਮ ਵਾਲਦ ਦਾ ਨਾਮ, ਜੋਤੀ ਰਾਮ ਉਹਨਾਂ ਦੇ ਪਿਓ ਦਾ ਨਾਂ ਜੋਤੀ ਰਾਮ ਹੈ, ਜਿਨ੍ਹਾਂ ਦੀ ਇਹ ਦੁਕਾਨ ਤੋਂ ਮਿਲੀ। ਦੁਕਾਨ ਸੀ ਪੰਸਾਰੀ ਦੀ ਦੁਕਾਨ ਸੀ, ਵੈਦ ਲਿਖਿਆ ਵੈਦਿਕ ਦੇਸੀ ਦਵਾਈਆਂ ਦੀ ਸੀ ਦੁਕਾਨ। ਅਤੇ ਉਦੋਂ ਮੈਂ ਜਦੋਂ ਦੀ ਮੈਨੂੰ ਮਿਲੀ ਇਹ, ਉਦੋਂ ਮੈਂ ਮਤਲਬ ਪ੍ਰਾਇਮਰੀ ਕਲਾਸਾਂ 'ਚ ਪੜ੍ਹਦਾ ਸਾਂ ਜੀ, ਮੇਰਾ ਸ਼ੌਕ ਜੀ ਜਿਹਾ ਕਰਦਾ ਸੀ ਵੀ ਯਾਰ ਕਿਸ ਤਰ੍ਹਾਂ ਮਤਲਬ ਅਖਬਾਰ 'ਚ ਲਿਖਾਂ ਜਾਂ ਕੀ ਕਰਾਂ, ਉਦੋਂ ਕੋਈ ਖਤ ਕਿਤਾਬ ਦੀ ਕੋਈ ਸਹੂਲਤ ਨਹੀਂ ਸੀ। ਅੱਛਾ। ਅਤੇ ਉਹ ਫਿਰ ਮੈਨੂੰ ਕੋਈ ਐਡਾ ਮਤਲਬ ਨਹੀਂ ਮੌਕਾ ਮਿਲਿਆ। ਇਹਨਾਂ ਦਾ ਐਡਰੈਸ ਕੀ ਲਿਖਿਆ ਇੱਥੇ? ਇੱਥੇ ਉਹਨਾਂ ਨੇ ਇਹਦੇ 'ਚ ਇੱਕ ਐਡਰੈਸ ਜਿੱਥੋਂ ਪਤਾ ਲੱਗਦਾ ਉਹ ਇਹ ਹੈਗਾ ਜੀ ਕਿ ਇਹਨਾਂ ਨੇ ਇੱਕ ਨੋਟਿਸ ਦਿੱਤਾ ਹੈ। ਅੱਛਾ ਜੀ। ਕੋਈ ਬੰਦਾ ਹੈਗਾ ਸੀ ਚਿਰਾਗ ਦੀ ਨਵਲ ਸੰਬੰਧਾ ਕੌਮ ਜਲਾਇਆ ਜੀ ਮੁਤਸਿਲ ਮੰਦਰ ਭੱਦਰ ਕਾਲੀ ਚੂਣੀਆਂ। ਅੱਛਾ, ਮੰਦਰ ਭੱਦਰ ਕਾਲੀ ਐਡਰੈਸ ਹੈ ਉਹਦੇ, ਮਤਲਬ ਕਰੀਬ ਜਿਹੜਾ ਸੀ ਤੱਕ ਇਹਨਾਂ ਜਗ੍ਹਾ ਇਹਨਾਂ ਦੀ ਹੈ, ਉਹ ਇਹਨਾਂ ਦੀ ਜਗ੍ਹਾ ਜਿਹੜੀ ਉਹਨਾਂ ਨੂੰ ਦਿੱਤੀ ਹੋਈ ਸੀ ਜੀ। ਤੋ ਨੋਟਿਸ ਕਿਉਂਕਿ ਦਿੱਤਾ ਸੀ ਵੀ ਇਹਨੂੰ ਤੁਸੀਂ ਜਗ੍ਹਾ ਖਾਲੀ ਕਰਦੇ ਸਾਨੂੰ ਕਬਜ਼ਾ ਦੇ ਦਿਓ, ਕਿਰਾਏਦਾਰ ਨੂੰ, ਕਿਰਾਏਦਾਰ ਜੀ। ਉਹ ਨੋਟਿਸ ਦੀ ਨਕਲ ਇਹਨਾਂ ਨੇ ਦਿੱਤੀ, ਇੱਥੋਂ ਇਹਨੂੰ ਪਤਾ ਲੱਗਦਾ, ਇੱਥੋਂ ਐਡਰੈਸ ਦਾ ਇਹਨਾਂ ਦਾ ਪਤਾ ਲੱਗਦਾ। ਅਤੇ ਦੂਸਰਾ ਇਹਨਾਂ ਦੀ ਬਲਦੀਏ ਦਾ ਵੀ ਇੱਥੋਂ ਹੀ ਪਤਾ ਲੱਗ ਜਾਂਦਾ ਸਾਹਿਬ ਇਹਨਾਂ ਦੇ ਦਾ ਇਹ ਨਾਂ ਸੀ। ਬੜੀ ਗੱਲ ਤੁਸੀਂ ਇੰਨੀ ਦੇਰ, ਅੱਜ ਕੱਲ੍ਹ ਤਾਂ ਲੋਕ ਇਤਫਾਕ ਹੈ ਕਿ ਲੋਕ ਆਪਣਾ ਆਪਣੇ ਪਿਓ ਦਾਦੇ ਦੀਆਂ ਚੀਜ਼ਾਂ ਨਹੀਂ ਸੰਭਾਲਦੇ। ਹਾਂ, ਵੈਸੇ ਦਿਲਚਸਪ ਗੱਲ ਵੈਸੇ ਇੱਕ ਹੋਰ ਹੈਗੀ ਬਾਈ ਚਾਂਸ ਹੈ ਚੁੱਕੀ ਜੀ, ਮੇਰੇ ਕੋਲ ਆਪਣੀ ਤੀਸਰੀ ਜਮਾਤ ਦੀ ਡਾਇਰੀ ਮੇਰੀ ਆਪਣੀ ਜਾਤੀ ਹੈਗੀ। ਅੱਛਾ, ਤੁਹਾਨੂੰ ਦਿਲਚਸਪੀ ਸੀ, ਪਰ ਦੂਸਰੇ ਦੀ ਰੱਖਣਾ ਬੜੀ ਗੱਲ ਹੈ। ਇਹਦੇ ਕੋਲ ਆਈਡੀਆਲੋਜੀ ਜਿਹੜੀ ਹੈ ਉਹ ਡਿਫਰੈਂਟ ਹੋ ਸਕਦੀ, ਪੋਲੀਟੀਕਲ ਵੀ, ਰਿਲੀਜਨ ਵਾਈਜ਼ ਵੀ, ਲੇਕਿਨ ਜਿਹੜੀ ਬੇਸਿਕ ਹਿਊਮਨ ਜਿਹੜੀਆਂ ਨੇ ਉਹ ਆਪਣੇ ਇਮੋਸ਼ਨਸ ਨੇ, ਇਮੋਸ਼ਨਸ ਨੇ ਉਹ ਤਾਂ ਇੱਕ ਹੀ ਨੇ ਨਾ ਸਾਰੇ, ਮਤਲਬ ਕਿ ਤਹਿਰੀਰ ਕੋਈ ਵੀ ਹੋਵੇ, ਜ਼ਬਰਦਸਤ, ਹਾਂਜੀ, ਕਿਤਾਬ ਕੋਈ ਵੀ ਹੋਵੇ ਜੀ, ਮੇਰਾ ਟੇਸਟ ਰਿਹਾ ਜੀ। ਇਹ ਤਾਂ ਕਲਮੀ ਨੁਸਖੇ ਦੀ ਅਹਿਮੀਅਤ ਬੜੀ ਹੁੰਦੀ ਮੇਰੇ ਇਸ ਲਿਹਾਜ਼ ਤੋਂ, ਪਰ ਮੈਂ ਇਹਨੂੰ ਸੰਭਾਲ ਕੇ ਰੱਖੀ ਰੱਖਿਆ। ਅੱਛਾ। ਅੱਜ ਮਤਲਬ ਤੁਸੀਂ ਸਮਝੋ 50 ਤੋਂ ਫਿਰ ਆਉਣ ਵਾਲੇ ਅੱਗੇ ਗਿਣੀਏ ਜੀ, ਅਤੇ 50 ਅਤੇ 50 ਅਤੇ 60 ਅਤੇ ਜੀ 68 ਸਾਲ, ਕੋਈ 68-69 ਸਾਲ ਤੁਸੀਂ 70 ਸਾਲ ਤਰ੍ਹਾਂ ਸੰਭਾਲਿਆ ਜੀ, ਕਰੀਬ ਕਰੀਬ। ਸਹੀ ਹੈ। ਚਲੋ, ਸਾਰੇ ਦੋਸਤਾਂ ਨੂੰ ਅਪੀਲ ਹੈਗੀ ਕਿ ਇਹਨੂੰ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ, ਤਾਂ ਕਿ ਇਹ ਜਿਨ੍ਹਾਂ ਦੀ ਡਾਇਰੀ ਹੈ ਉਹਨਾਂ ਦੇ ਕਿਸੇ ਅੱਗੇ ਬੱਚਿਆਂ ਨੂੰ, ਉਹਨਾਂ ਦੇ ਪੋਤਿਆਂ ਨੂੰ, ਪੋਤੀਆਂ ਨੂੰ ਕਿਸੇ ਤੱਕ ਪਹੁੰਚੇ, ਅਤੇ ਅਗਰ ਉਹਨਾਂ ਨੂੰ ਇਹਦੀ ਕਾਪੀ ਚਾਹੀਦੀ ਹੋਵੇ ਤਾਂ ਉਹ ਵੀ ਇੱਥੇ ਮੌਜੂਦ ਹੈ, ਅਤੇ ਤੁਸੀਂ ਪੰਜਾਬ ਪੇਜ ਦੇ ਨਾਲ ਰਾਬਤਾ ਰੱਖੋ ਅਤੇ ਤੁਹਾਨੂੰ ਇਹਦੀ ਕਾਪੀ ਵੀ ਮਿਲ ਜਾਏਗੀ, ਅਤੇ ਸ਼ੇਅਰ ਕਰੋਗੇ ਤਾਂ ਅੱਗੇ ਤੋਂ ਅੱਗੇ ਜ਼ਰੂਰ ਇਹ ਜਿਨ੍ਹਾਂ ਦੀ ਡਾਇਰੀ ਹੈ ਨਾ ਉਹਨਾਂ ਤੱਕ ਇਹ ਗੱਲ ਜ਼ਰੂਰ ਪਹੁੰਚ ਜਾਏਗੀ। ਬਹੁਤ ਵੱਡੀ ਗੱਲ ਹੈ ਜੀ। ਅਤੇ ਹੋਰ ਕੋਈ ਪਾਰਟੀਸ਼ਨ ਦੇ ਰਿਲੇਟਿਡ ਤੁਹਾਡੇ ਕੋਲ ਕੋਈ ਮਾਲੂਮਾਤ ਹੋਣ? ਮੇਰੇ ਕੋਲ ਜੀ, ਹਾਂਜੀ, ਕੀ ਤਾਂ ਤੁਸੀਂ ਵੇਖਿਆ ਜਾਂ ਜ਼ਹਿਨ 'ਚ ਕੋਈ ਯਾਦ ਹੈ? ਮੇਰੇ ਇਹ ਹੈਗਾ ਜੇ ਕਿ ਸਾਡੇ ਚੌਕ 'ਚ ਅੱਜ ਵੀ ਉਹ ਚੌਕ ਹੀ ਹੈ। ਕਿਹੜਾ ਜੀ, ਕੀ ਨਾਮ ਚੌਕ ਦਾ? ਉਹਨੂੰ ਅਸੀਂ ਕਹਿੰਦੇ ਹਾਂ ਪੁਰਾਣੀ ਚੌਕੀ ਜੀ, ਅਸਲ 'ਚ ਉਹ ਸੀ ਪੁਰਾਣੀ ਪੁਲਿਸ ਚੌਕੀ ਜੀ, ਪਰ ਉਹਦਾ ਨਾਮ ਪੈ ਗਿਆ ਪੁਰਾਣੀ ਚੌਕੀ। ਉੱਥੇ ਇੱਕ ਬਾਲੀ ਰਾਮ ਹੁੰਦਾ ਸੀ, ਮਿਠਾਈ ਦਾ ਕੰਮ ਕਰਦਾ ਸੀ ਜੀ। ਮੈਂ ਉਹਦੇ ਕੋਲ ਹਮੇਸ਼ਾ ਬਰਫੀ ਖਾਂਦਾ ਰਿਹਾ ਛੋਟਾ ਹੁੰਦਾ। ਅੱਛਾ। ਔਰ ਉਹਦਾ ਇਹ ਵਾਕਿਆ, ਸ਼ਕਲ ਯਾਦ ਹੈ? ਨਹੀਂ, ਸ਼ਕਲ ਨਹੀਂ ਯਾਦ, ਉਹਨਾਂ ਦੇ ਪੈਰ ਮੈਨੂੰ ਯਾਦ ਨੇ। ਅੱਛਾ। ਉਹ ਇਸ ਤਰ੍ਹਾਂ ਕਿ ਉਹਨਾਂ ਦੇ ਨਾ ਉਹ ਜਿਹੜਾ ਹੁੰਦਾ ਨਾ ਤੇ ਘਿਓ ਕਿ ਤੇਲ ਜੀ, ਉਹ ਉਹਨਾਂ ਦਾ ਪੈਰਾਂ 'ਚ ਡੁੱਲ ਗਿਆ ਸੀ। ਅੱਛਾ। ਔਰ ਉਹ ਉੱਥੇ ਬਾਜ਼ਾਰ 'ਚ ਵੇਚੀ ਨਾ ਜੀ, 4-5 ਦੇ ਪੈਸੇ ਉਹਨਾਂ ਦੇ ਪੈਰਾਂ ਦੇ ਉੱਤੋਂ ਜਿਹੜੀ ਜਿਲਦ ਉੱਤਰ ਜਾਂਦੀ ਹੈ ਨਾ, ਇਸ ਤਰ੍ਹਾਂ ਦੇ ਉਹ ਮੰਤਰ ਮੈਨੂੰ ਯਾਦ। ਅੱਛਾ, ਉਹ ਸੀਨ ਤੁਹਾਡੇ ਉਹ ਮੈਂ ਸੀਨ ਦੇ ਮਹਿਫੂਜ਼ ਹੈ, ਅਤੇ ਬਾਕੀ ਨਾਂ ਦਾ ਮੈਨੂੰ ਪਤਾ ਹੈ, ਨਾਂ ਮੈਂ ਆਪਣੇ ਬਜ਼ੁਰਗਾਂ ਕੋਲੋਂ ਵੀ ਕਨਫਰਮ ਕੀਤਾ ਕਿ ਹੁੰਦਾ ਇਹੀ ਹੋਈ ਸੀ ਜੀ, ਮੈਂ ਪੱਕਾ ਮੇਰੇ ਨਾਂ ਮੈਨੂੰ ਯਾਦ ਹੈ ਜੀ। ਅਤੇ ਇਹੋ ਜਿਹੀ ਜੀ ਕੁਛ ਚੀਜ਼ਾਂ ਆਏ ਨੇ। ਅਤੇ ਜਦੋਂ ਗਏ ਨੇ ਇੱਥੋਂ ਪਾਰਟੀਸ਼ਨ ਟਾਈਮ, ਹਾਂ, ਉਦੋਂ ਦਾ ਮੈਨੂੰ ਇਸ ਤਰ੍ਹਾਂ ਦਾ ਕੋਈ ਵਾਕਿਆ ਨਹੀਂ ਯਾਦ ਹੈਗਾ ਕਿ ਕਿਸੇ ਨੂੰ ਮੈਂ ਮਤਲਬ ਕੋਈ ਮਿਲਿਆ ਵਾ ਜੀ, ਐਸੀ ਕੋਈ ਗੱਲ ਨਹੀਂ।
ਅੱਛਾ ਇਹ ਇੱਥੇ ਬਾਲੀ ਰਾਮ ਨਾਲ ਮੇਰਾ ਜਿਹੜਾ ਬਚਪਨ ਤੋਂ ਹੀ ਜੀ ਸਿਲਸਿਲਾ ਸੀ ਵੀ ਉਹਦੇ ਕੋਲ ਮਿਠਾਈ ਉਹਦੇ ਕੋਲ ਹੀ ਲੈਂਦਾ ਸਾਂ ਖਾਸ ਤੌਰ 'ਤੇ ਬਰਫੀ ਜਾਂਦੀ ਅੱਛਾ ਹੋਰ ਕੋਈ ਬੱਚਾ ਯਾਦ ਹੋਵੇ ਨਾ ਉਹ ਐਸਾ ਕੋਈ ਮਤਲਬ ਮੈਂ ਆਪ ਛੋਟਾ ਸਾਂ ਜੀ ਅਤੇ ਸਾਨੂੰ ਵੀ ਇੱਥੇ ਵੈਸੇ ਅਸੀਂ ਮਤਲਬ ਥੋੜ੍ਹਾ ਅਰਸਾ ਹੀ ਹੋਇਆ ਸੀ ਚੂਨੀਆਂ 'ਚ ਆਇਆ ਅਸੀਂ ਵੀ ਤਾਂ ਅੰਮ੍ਰਿਤਸਰ ਤੋਂ ਆਏ ਹੋਏ ਹਾਂ ਜੀ ਸਹੀ ਹੈ ਫਿਰ ਫਿਰੋਜ਼ਪੁਰ ਵੀ ਆ ਗਿਆ ਫਿਰ ਉਹ ਤੋਂ ਬਾਅਦ ਇਸ ਤਰ੍ਹਾਂ ਮਤਲਬ ਜੀ ਇਸ ਤਰ੍ਹਾਂ ਮੈਨੂੰ ਉਹ ਨਹੀਂ ਯਾਦ ਕੋਈ ਐਸਾ ਵਾਕਿਆ ਇੱਕ ਬਸ ਮੈਨੂੰ ਯਾਦ ਹੈ ਜੀ ਬਾਲੀ ਰਾਮ ਦਾ ਜੀ ਜੀ ਉਹ ਮੈਂ ਉਹਨਾਂ ਨੂੰ ਦੇਖਿਆ ਵੀ ਹੋਇਆ ਲੇਕਿਨ ਹੁਣ ਮੈਨੂੰ ਉਹਦੀ ਇਹਨਾਂ ਦੀ ਸ਼ਕਲ ਬਿਲਕੁਲ ਨਹੀਂ ਯਾਦ ਅੱਛਾ ਬਸ ਉਹ ਜ਼ਖਮੀ ਉਹਨਾਂ ਦੇ ਪੈਰ ਮੇਰੇ ਰਹੇ ਜੀ ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਤੁਹਾਡਾ ਚਲੋ ਚਲੋ